ਤੁਸੀਂ ਵੇਖ ਰਹੇ ਹੋ ਪੰਜ ਦਰਿਆ ਨਿਊਜ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਪ੍ਰਸਾਰਣ ਸੰਬੰਧੀ ਦਿੱਤੇ ਬਿਆਨ ਤੇ ਪ੍ਰਤੀਕਰਨ ਦਿੰਦਿਆਂ ਕਿਹਾ ਹੈ ਕਿ ਸਰਕਾਰ ਗੁਰੂ ਘਰਾਂ ਦੇ ਮਾਮਲਿਆਂ ਵਿੱਚ ਦਖਲ ਨਾ ਦੇਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੱਗੇ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣੋ। ਉਹ ਦੋ ਤਿੰਨ ਬੇਨਤੀਆਂ ਪ੍ਰਵਾਨ ਕਰੋ, ਉਹ ਕਾਰਜ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਨ ਵਾਲੇ ਉਹ ਤੁਸੀਂ ਕਰਾਓ। ਅਤੇ ਮੈਂ ਤੁਹਾਨੂੰ ਇਹ ਵੀ ਯਾਦ ਕਰਾਉਣਾ ਚਾਹੁੰਦਾ ਕਿ ਇਹ ਜਿਹੜਾ ਮਹਿਕਮਾ ਆ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦਾ, ਇਹਦੀ ਜਿਹੜੀ ਸਾਰੀ ਮਨਜ਼ੂਰੀ ਆ ਸੈਂਟਰ ਤੋਂ ਲੈਣੀ ਪੈਂਦੀ ਆ, ਅਤੇ ਜਿਹਦੇ ਲਈ ਅਸੀਂ ਆਪਣੇ ਯਤਨ ਹੁਣ ਕਮੇਟੀ ਬਣਾ ਕੇ ਆਰੰਭ ਵੀ ਦਿੱਤੇ ਆ, ਅਤੇ ਸਾਨੂੰ ਸਰਕਾਰ ਦੀ ਕਿਸੇ ਪੱਖ ਤੋਂ ਇਸ ਚੈਨਲ ਚਲਾਉਣ ਦੇ ਵਿੱਚ ਕੋਈ ਜ਼ਰੂਰਤ ਨਹੀਂ ਸਾਨੂੰ। ਪਰ ਤੁਸੀਂ, ਮੈਂ ਸਮਝਦਾ ਅੱਜ ਇਹ ਬਿਆਨ ਦੇ ਕੇ ਦੋਹਰੀ ਰਾਜਨੀਤੀ ਦਾ ਸਬੂਤ ਦਿੱਤਾ। ਇੱਕ ਪਾਸੇ ਤਾਂ ਆਪਾਂ ਕਹਿੰਦੇ ਵੀ ਕੋਈ ਧਰਮ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਾਂਗੇ, ਅਤੇ ਇਸ ਬਿਆਨ ਦੇ ਨਾਲ ਮੈਂ ਸਮਝਦਾ ਉਹ ਸਾਡਾ ਦੋਹਰਾ ਪੱਖ ਨੰਗਾ ਹੋਇਆ। ਤੁਸੀਂ ਵੇਖਦੇ ਰਹੋ ਪੰਜ ਦਰਿਆ ਨਿਊਜ਼।